ਜਿਸਨੇ ਕਿ ਇੱਕ ਯੁੱਧ ਦੀ ਤਿਆਰੀ ਕੀਤੀ ਜਿਹੜਾ ਕਿ ਗੁਰਦਾਸ ਨਗਰ ਦੇ ਵਿੱਚ ਹੋਇਆ ਸੀ, ਜਿੱਥੇ ਕਿ ਬੰਦਾ ਸਿੰਘ ਬਹਾਦਰ ਨੂੰ ਦੋ ਉਹਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੇ ਸੋਨਾ ਨੂੰ ਪਹਿਲਾਂ ਲਾਹੌਰ ਲੈ ਕੇ ਗਏ, ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਵਿੱਚ ਬੇਟਾ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਹੁਣ ਬੇਟਾ ਜਿਹੜਾ ਬੰਦਾ ਸਿੰਘ ਬਹਾਦਰ ਆ ਸਰਹੰਦ ਵਿੱਚ, ਬੇਟਾ ਇਹਨਾਂ ਦੇ ਨਾਮ ਦਾ ਇੱਕ ਬੰਦਾ ਸਿੰਘ ਬਹਾਦਰ ਗੇਟ ਵੀ ਬਣਿਆ ਹੋਇਆ, ਇਹਨਾਂ ਦੇ ਵੱਖ ਵੱਖ ਬੇਟਾ ਕਾਲਜ ਵੀ ਬਣੇ ਹੋਏ ਨੇ। ਇਸ ਤੋਂ ਇਲਾਵਾ ਜਿੱਥੇ ਚੱਪੜ ਚਿੜੀ ਦਾ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਇਹਨਾਂ ਨੇ ਵਜ਼ੀਰ ਖਾਨ ਤੋਂ ਲਿਆ ਸੀ, ਉੱਥੇ ਯੁੱਧ ਹੋਇਆ ਸੀ, ਘਮਸਾਨ ਯੁੱਧ ਮੱਚਿਆ ਸੀ। ਉਹਦੇ ਵਿੱਚ ਬੇਟਾ ਇੱਕ ਸਤੰਭ ਬਣਿਆ ਹੋਇਆ ਜਿਹਨੂੰ ਕਿ ਫਤਿਹ ਬੁਰਜ ਕਹਿੰਦੇ ਨੇ। ਉਹ ਬੇਟਾ ਉਹਦੀ ਉਚਾਈ ਆ ਜਿਹੜੀ 328 ਫੁੱਟ ਆ, ਜਿਹੜੀ ਕਿ ਕੁਤਬ ਮੀਨਾਰ ਨਾਲੋਂ ਵੀ ਕਿਤੇ ਦੁੱਗਣੀ ਆ। ਤੁਸੀਂ ਦਿੱਲੀ ਦੇ ਵਿੱਚ ਕੁਤਬ ਮੀਨਾਰ ਦੇਖੀ ਹੋਣਾ ਜਾਂ ਅਕਸਰ ਉਹਦੀਆਂ ਫੋਟੋਆਂ ਦੇਖਦੇ ਹੋਵੋਗੇ। ਉਹ ਬੇਟਾ ਜਿਹੜੀ ਉਹਦੀ ਲੰਬਾਈ ਆ ਉਹ 238 ਫੁੱਟ ਆ, ਜਿਹੜਾ ਚੱਪੜ ਚਿੜੀ ਦੇ ਵਿੱਚ ਬੇਟਾ ਫਤਿਹ ਬੁਰਜ ਬਣਿਆ ਹੋਇਆ ਇਹਦੀ ਉਚਾਈ ਆ ਜਿਹੜੀ ਉਹ 328 ਫੁੱਟ ਆ। ਅਤੇ ਇਹ ਬੇਟਾ ਜਿਹੜਾ ਇਹ ਸਤੰਭ ਬਣਿਆ ਹੋਇਆ ਇਹ ਫਤਿਹ ਬੁਰਜ, ਇਹ ਸਾਨੂੰ ਇਹ ਦੱਸਦਾ ਕਿ ਬੰਦਾ ਸਿੰਘ ਬਹਾਦਰ ਕਿੰਨੀ ਬਹਾਦਰੀ ਅਤੇ ਕਿੰਨੀ ਨਿਡਰਤਾ ਨਾਲ ਲੜੇ ਸੀ ਤਾਂ ਕਿ ਉਹਨਾਂ ਨੇ ਮੁਗਲਾਂ ਤੋਂ ਬਦਲਾ ਲਿਆ ਸੀ। ਇਹ ਜਿਹੜਾ ਸਤੰਭ ਬਣਿਆ ਹੋਇਆ ਫਤਿਹ ਬੁਰਜ ਬਣਿਆ ਹੋਇਆ ਇਹ ਬੇਟਾ ਹਮੇਸ਼ਾ ਸੱਚਾਈ ਉੱਤੇ ਬੇਟਾ ਜਿੱਤ ਦਾ ਪ੍ਰਤੀਕ। ਹਾਂਜੀ ਬੇਟਾ, ਜਿਵੇਂ ਆਪਾਂ ਬੰਦਾ ਸਿੰਘ ਬਹਾਦਰ ਦਾ ਚੈਪਟਰ ਕੀਤਾ ਉਸ ਤਰ੍ਹਾਂ ਹੁਣ ਆਪਾਂ ਇਸ ਚੈਪਟਰ ਦੇ ਵਿੱਚੋਂ ਬੇਟਾ ਰਾਈਟਿੰਗ ਸਕਿੱਲ ਕਰਨੀ ਹੈ, ਲੇਖ। ਠੀਕ ਹੈ, ਇਹਦੇ ਵਿੱਚ ਜਿਹੜੀ ਤੁਹਾਡੀ ਵਰਡ ਲਿਮਿਟ ਹੋਊਗੀ ਉਹ ਹੋਊਗੀ 200 ਤੋਂ 250 ਦੇ ਵਿਚਕਾਰ। ਠੀਕ ਹੈ, ਫਸਟ ਆਪਾਂ ਕਰਦੇ ਹਾਂ ਜਾਣ ਪਹਿਚਾਣ। ਸਭ ਤੋਂ ਪਹਿਲਾਂ ਬੇਟਾ ਆਪਾਂ ਲਿਖਾਂਗੇ ਬੰਦਾ ਸਿੰਘ ਬਹਾਦਰ ਦੀ ਜਾਣ ਪਹਿਚਾਣ ਬਾਰੇ, ਵੀ ਉਹ ਇੱਕ ਸੂਝਵਾਨ ਵਿਅਕਤੀ ਸੀ, ਸਿਆਣੇ ਸੀ ਅਤੇ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਜਿੰਨੇ ਵੀ ਯੁੱਧ ਲੜੇ ਬੜੀ ਬਹਾਦਰੀ ਨਾਲ ਲੜੇ ਅਤੇ ਉਹ ਹਮੇਸ਼ਾ ਹੀ ਜ਼ੁਲਮ ਵਿਰੁੱਧ ਟੱਕਰ ਲੈਣ ਲਈ ਬੇਟਾ ਹਮੇਸ਼ਾ ਹੀ ਤਿਆਰ ਰਹਿੰਦੇ ਸੀ। ਨੈਕਸਟ ਉਹ ਜਨਮ ਅਤੇ ਬਚਪਨ, ਜਿਹੜਾ ਬੇਟਾ ਬੰਦਾ ਸਿੰਘ ਬਹਾਦਰ ਦਾ ਜਨਮ ਉਹ 27 ਅਕਤੂਬਰ 1670 ਈਸਵੀ ਵਿੱਚ ਜ਼ਿਲ੍ਹਾ ਪੁੰਛ ਨਾਂ ਦੇ ਪਿੰਡ ਰਜੌਰੀ ਵਿੱਚ ਹੋਇਆ ਸੀ ਜੋ ਕਿ ਕਸ਼ਮੀਰ ਦੇ ਵਿੱਚ ਹੈ। ਅਤੇ ਉਹਨਾਂ ਦੇ ਬਚਪਨ ਦਾ ਜਿਹੜਾ ਨੇਮ ਆ ਉਹ ਲਛਮਣ ਦੇਵ ਸੀ ਅਤੇ ਇਸ ਤੋਂ ਬਾਅਦ ਬੇਟਾ ਉਹ ਜਦੋਂ ਬੁੱਧ ਦੇ ਸੰਪਰਕ ਦੇ ਵਿੱਚ ਆਏ ਅਤੇ ਉਹਨਾਂ ਦਾ ਨਾਮ ਮਾਧੋਦਾਸ ਬਣ ਗਿਆ। ਠੀਕ ਹੈ, ਇੱਥੇ ਆਪਾਂ ਉਹਨਾਂ ਦੇ ਬਚਪਨ ਬਾਰੇ ਲਿਖਾਂਗੇ ਕਿ ਉਹਨਾਂ ਨੂੰ ਹਮੇਸ਼ਾ ਸ਼ਿਕਾਰ ਕਰਨ ਦਾ, ਖੇਡਣ ਦਾ ਸ਼ੌਂਕ ਸੀ, ਤੀਰ ਕਮਾਨ ਚਲਾਉਣ ਦਾ ਸ਼ੌਂਕ ਸੀ। ਨੈਕਸਟ ਹੈ ਬਰਾਗੀ ਬਣਨ, ਬਰਾਗੀ ਬਣਨ ਤੋਂ ਮਤਲਬ ਕਿ ਜਿਹੜਾ ਬੰਦਾ ਸਿੰਘ ਬਹਾਦਰ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਵਾਰ ਫਿਰਨੀ ਦੀ ਘਟਨਾ ਕਰਕੇ ਉਹਨਾਂ ਨੇ ਬੇਟਾ ਆਪਣਾ ਘਰ ਤਿਆਗ ਦਿੱਤਾ ਸੀ ਅਤੇ ਉਹ ਬਰਾਗੀ ਬਣ ਗਏ ਸੀ ਅਤੇ ਉਹਨਾਂ ਨੇ ਆਪਣਾ ਜਿਹੜਾ ਨਾਮ ਆ ਉਹ ਮਾਧੋਦਾਸ ਰੱਖ ਲਿਆ ਸੀ। ਇੱਥੇ ਬੇਟਾ ਆਪਾਂ ਉਹ ਘਟਨਾ ਬਿਆਨ ਕਰਾਂਗੇ। ਨੈਕਸਟ ਹੈ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ। ਜਿਵੇਂ ਤੁਹਾਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਨੂੰ ਕਿ ਸਰਹੰਦ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ, ਅੱਜ ਵੀ ਬੇਟਾ ਤੁਸੀਂ ਜਾਣਦੇ ਹੋ ਸੁਣਦੇ ਹੋ ਕਿ ਸਰਹੰਦ ਦੇ ਵਿੱਚ ਮੇਲਾ ਲੱਗਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ। ਅਤੇ ਬੇਟਾ ਜਿਹੜਾ ਛੋਟੇ ਸਾਹਿਬਜ਼ਾਦਿਆਂ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ ਵਜ਼ੀਰ ਮੁਗਲਾਂ ਦੇ ਬਾਦਸ਼ਾਹ ਵਜ਼ੀਰ ਖਾਨ ਨੇ ਅਤੇ ਬਾਬਾ ਬੰਦਾ ਸਿੰਘ ਨੇ ਉਹਨਾਂ ਦਾ ਬਦਲਾ ਚੱਪੜ ਚਿੜੀ ਨਾਂ ਦੇ ਸਥਾਨ 'ਤੇ ਮੁਗਲ ਬਾਦਸ਼ਾਹ ਵਜ਼ੀਰ ਖਾਨ ਨੂੰ ਮਾਰ ਕੇ ਲਿਆ ਸੀ। ਨੈਕਸਟ ਇਸ ਤਰ੍ਹਾਂ ਦੇ ਨਾਲ ਨਾਲ ਹੋਰ ਇਲਾਕਿਆਂ 'ਤੇ ਜਿੱਤ, ਜਿਵੇਂ ਬੇਟਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਉੱਤੇ ਜਿੱਤ ਪ੍ਰਾਪਤ ਕੀਤੀ ਸੀ, ਉਸ ਦੇ ਨਾਲ ਨਾਲ ਉਹਨਾਂ ਨੇ ਸਮਾਣਾ, ਘੁੜਾਮ, ਕੈਥਲ ਅਜਿਹੇ ਇਲਾਕਿਆਂ ਨੂੰ ਬੇਟਾ ਜਿੱਤਿਆ ਸੀ ਜਿੱਥੇ ਕਿ ਉਹਨਾਂ ਨੇ ਮੁਗਲਾਂ ਦਾ ਰਾਜ ਜਿਹੜਾ ਉਹ ਖਤਮ ਕਰ ਦਿੱਤਾ ਸੀ ਅਤੇ ਉੱਥੋਂ ਦੇ ਜਿਹੜੇ ਲੋਕ ਸੀ, ਗਰੀਬ ਸੀ, ਜਿਨ੍ਹਾਂ 'ਤੇ ਜ਼ੁਲਮ ਢਾ ਰਹੇ ਸੀ ਮੁਗਲ, ਉਹਨਾਂ ਨੂੰ ਰੁਜ਼ਗਾਰ ਦਿੱਤੇ ਅਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਸੂਲੀ ਕਰਨ ਵਿੱਚ ਉਹਨਾਂ ਦੀਆਂ ਜ਼ਮੀਨਾਂ ਜਾ ਚੁੱਕੀਆਂ ਸੀ ਅਤੇ ਉਹਨਾਂ ਨੂੰ ਜ਼ਮੀਨਾਂ ਬੇਟਾ ਉਹ ਵਾਪਸ ਕਰ ਦਿੱਤੀਆਂ ਸੀ। ਨੈਕਸਟ ਹੈ ਸੰਬੰਧਿਤ ਯਾਦਗਾਰ, ਸੰਬੰਧਿਤ ਯਾਦਗਾਰ ਦੇ ਵਿੱਚ ਬੇਟਾ ਜਿਵੇਂ ਸਰਹੰਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਗੇਟ ਵੀ ਬਣਿਆ ਹੋਇਆ ਅਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਲਜ ਵੀ ਖੁੱਲ੍ਹਿਆ ਹੋਇਆ ਜਿੱਥੇ ਕਿ ਮੁਫਤ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਅਤੇ ਇਸ ਤੋਂ ਬਾਅਦ ਬੇਟਾ ਚੱਪੜ ਚਿੜੀ ਦੇ ਸਥਾਨ 'ਤੇ ਜਿੱਥੇ ਕਿ ਫਤਿਹ ਬੁਰਜ ਬਣਿਆ ਹੋਇਆ ਜਿਸ ਦੀ ਲੰਬਾਈ 328 ਫੁੱਟ ਹੈ ਜੋ ਕਿ ਕੁਤਬ ਮੀਨਾਰ ਤੋਂ ਵੀ ਜ਼ਿਆਦਾ ਉੱਚੀ ਆ। ਠੀਕ ਹੈ, ਇਹ ਉਹਨਾਂ ਨਾਲ ਯਾਦ ਕਰ ਸਕਦੇ। ਨੈਕਸਟ ਹੈ ਦਹਾਂਤ, ਜਿਹੜਾ ਬੇਟਾ ਬਾਬਾ ਬੰਦਾ ਸਿੰਘ ਬਹਾਦਰ ਜੀ ਆ ਉਹਨਾਂ ਨੂੰ ਸ਼ਹੀਦ 9 ਜੂਨ 1716 ਈਸਵੀ ਵਿੱਚ ਕੀਤਾ ਸੀ ਅਤੇ ਤੁਹਾਡੀ ਬੁੱਕ ਦੇ ਵਿੱਚ ਉਹ 1916 ਲਿਖਿਆ, ਉਹ ਕਰੈਕਟ ਕਰ ਲਿਓ ਆਪਣਾ। ਉਹਨਾਂ ਦਾ ਜਿਹੜਾ ਦਹਾਂਤ ਆ 9 ਜੂਨ
ਕਰਨੀ ਹੈ ਗ੍ਰਾਮ